ਆ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਅੱਜ ਹੈਗਾ ਸਾਡਾ 30 ਹਾਰਡ ਬੇਲੜ ਚੈਲੰਜ ਦਾ ਪਹਿਲਾ ਦਿਨ ਪਹਿਲਾ అలਾਰਮ ਸਾਡਾ ਵੱਜਦਾ ਹੁੰਦਾ 6:40 ਤੇ ਜੋ ਲੋਕਾਂ ਦੀਆਂ ਗੱਲਾਂ ਚਾ ਕੇ ਲਾ ਲਈਦਾ ਸਮਾਜ ਚ ਸੱਚੇ ਰਹਿਣ ਨੂੰ ਸੋ 6:40 ਵਾਲਾ అలਾਰਮ ਲਾਤਾ ਸਨੂਜ਼ ਫੇਰ ਵੱਜਦਾ ਜੀ ਅਗਲਾ 7:40 ਤੇ ਉਹ ਵੀ ਲਾਤਾ ਸਨੂਜ਼ 8:40 ਵਾਲਾ ਸਨੂਜ਼ 9:40 ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਇੱਕੋ ਦਮ ਛਾਲ ਮਾਰੀ ਮੰਜੇ ਤੋਂ ਪਰ ਆਲੇ ਦੁਆਲੇ ਦੇਖਿਆ ਹਜੇ ਵੀ ਸਾਡੀ ਤਸੱਲੀ ਨਹੀਂ ਸੀ ਹੋਈ 10:40 ਦਾ అలਾਰਮ ਲਾ ਕੇ ਕਿਰਾਂ ਫੇਰ ਪੈ ਗਈ ਸੋ ਟੇਕਿੰਗ ਸਮ ਉਸਲਵਟਾਸ ਆਦਰ ਉਦ 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 ਆਦਰ ਸੋ ਜਾ ਪਸ਼ੂ ਜ਼ ਰੰਬਿੰਗ ਰੰਬ ਰਹੇ ਸੀ ਆ ਦਾ ਲੁਕਿੰਗ ਲਾਈਕ ਦ ਟੋਲਡ ਮਾਈ ਪਾਪਾ ਦਟ ਅਸ ਪੋਟਮ ਡਾਂਗ ਔਨ ਹਿਸ ਚਿਤਨਾ ਤੇ ਮੈਨੂੰ ਠਾਲ ਸਾਨੂੰ ਪੱਟੇ ਪਾਵੇ ਸੋ ਫਿਰ ਪੌਣੇ 11 ਵਜੇ ਜੀ ਇੱਕੋ ਦਮ ਜੋਧੇ ਨੇ ਮੂਡ ਬਣਿਆ ਤਾਂ ਮੰਜੇ ਤੋਂ ਮਾਰੀ ਛਾਲ ਪਸ਼ੂਆਂ ਵੱਲ ਝਾਕਿਆ ਤੇ ਸਿੱਧਾ ਗਿਆ ਸ਼ੀਸ਼ੇ ਮੂਰੇ ਜੀ ਜਮੂਰੇ ਜਾ ਕੇ ਦੇਖਿਆ ਜੀ ਗਿੱਡ ਮਿੰਤਾਂ ਕਰ ਰਹੀ ਸੀ ਅੱਖਾਂ ਤੇ ਖੜੀ ਵੀ ਭੈਣ ਜੀ ਸਾਨੂੰ ਲਾ ਲਓ ਇੱਥੇ ਫਸਟ ਫਲੋਰ ਤੇ ਚੜਿਆ ਸਿੱਧੇ ਛੱਟੇ ਛੱਟੇ ਦੋ ਕਰਦਿਆਂ ਦੀਆਂ ਗਾਲਾਂ ਖਾ ਕੇ ਇੰਨੇ ਜ਼ਿਆਦਾ ਰੱਜ ਚੁੱਕੇ ਸੀ ਬ੍ਰੇਕਫਾਸਟ ਦੀ ਕੋਈ ਲੋੜ ਹੀ ਨਹੀਂ ਪਈ ਫਿਰ ਇਸ ਤੋਂ ਬਾਅਦ ਮੈਂ ਤੇਲ ਸਿਲੈਕਟ ਕੀਤਾ ਵੀ ਕਿਹੜਾ ਲਾਇਆ ਜਾਵੇ ਘਰ ਦੀ ਕਹਾਣੀ ਦਾ ਤੇਲ ਬੈਸਟ ਹੁੰਦਾ ਇਹ ਲਾਉਣਾ ਸੀ ਉਂਗਲਦੀਆਂ ਕਿਉਂਕਿ ਉਂਗਲ ਨਾਲ ਅਸੀਂ ਲੜਾ ਕੇ ਕਈ ਪਰਿਵਾਰ ਪਾਟੇ ਨੇ ਕਈ ਯਾਰਾਂ ਦੋਸਤਾਂ 'ਚ ਫਿੱਖ ਪਵਾਏ ਨੇ ਕਈ ਪਾਰਟੀਆਂ ਲੜਾਈਆਂ ਨੇ ਸੋ ਆਲਵੇਜ਼ ਤੇਲ ਘਰ ਦੀ ਕਹਾਣੀ ਦਾ ਲਾਈਦਾ ਜੀ ਤਾਂ ਕਿ ਜਿੱਥੇ ਵੀ ਪਵਾੜਾ ਪਵੇ ਬਿਊਟੀਫੁੱਲ ਪਵਾੜਾ ਪਵੇ ਹੁਣ ਤੇਲ ਉਂਗਲਾਂ ਨੂੰ ਲਾ ਕੇ ਆਪਾਂ ਨਿਕਲ ਗਏ ਜੀ ਆਪਦੇ ਮਿਸ਼ਨ ਵੱਲ ਗਬਲੀ ਉਂਗਲ ਲਾਉਣਾ ਸਾਡਾ ਪਹਿਲਾ ਕੰਮ ਹੈ ਪਿੰਡ 'ਚ ਆਪਾਂ ਮਸ਼ਹੂਰ ਮੰਨੇ ਜਾਂਦੇ ਆ ਇਸ ਲਈ ਸਾਹਮਣੇ ਮਿਲੇ ਦੋ ਬੰਦੇ ਚੰਗੇ ਭਲੇ ਕਬੀਲਦਾਰੀ ਦੀਆਂ ਗੱਲਾਂ ਕਰ ਰਹੇ ਸੀ ਹੈ ਤਾਂ ਆਪਣੇ ਯਾਰ ਮਿੱਤਰੀ ਨੇ ਪਰ ਮੈਥੋਂ ਚੱਲੇ ਨਹੀਂ ਗਏ ਹੱਸਦੇ ਆਪਾਂ ਜਾ ਕੇ ਉਹਨਾਂ ਦਾ ਕੋਈ ਥਾਂ ਦਾ ਪੁਰਾਣਾ ਰੌਲਾ ਯਾਦ ਕਰਾਇਆ ਰੂੜੀਆਂ ਵਾਲਾ ਹੌਲੀ ਹੌਲੀ ਤੂ ਤੂ ਮੈਂ ਮੈਂ ਹੁੰਦੀ ਹੁੰਦੀ ਵੱਧ ਗਈ ਇੱਕ ਬੰਦੇ ਦੇ ਥੋੜਾ ਜਿਹਾ ਜ਼ਖਮੀ ਸੀਗਾ ਮੈਂ ਉਹਨੂੰ ਇੱਟ ਕਰਤੀ ਕੋਲ ਨੂੰ ਮੈਂ ਕਿਹਾ ਵੀ ਕਿਤੇ ਬੈਠਾ ਹੀ ਨਾ ਰਹਿ ਜਾਈਂ ਸਿਰ ਚ ਮਾਰੀ ਸੋ ਕਿਉਂਕਿ ਕਿਸੇ ਦਾ ਖੰਬੜ ਖੁੱਲੂ ਸਾਨੂੰ ਤਾਂ ਫੇਰ ਹੀ ਕੁਝ ਮਿਲਣਾ ਨਾ ਜੀ ਵਿੱਚੋਂ ਜਾਦਾ ਤੂੰ ਤੂੰ ਮੈਂ ਮੈਂ ਵੱਧਦੀ ਹੁੰਦੀ ਦੇਖ ਕੇ ਆਪਾਂ ਇੱਥੋਂ ਨਿਕਲ ਪਏ ਤੇ ਚੱਲ ਲੱਗੇ ਆਪਦੇ ਅਗਲੇ ਮਿਸ਼ਨ ਤੇ ਅਗਲਾ ਮਿਸ਼ਨ ਆਪਣਾ ਸੀਗਾ ਵੀਡੀਓ ਬਣਾ ਕੇ ਨੈੱਟ ਤੇ ਚੜ੍ਹਨਾ ਉਹ ਤੋਂ 4 ਵਿਊ ਖੱਟਣੇ 4 ਪੈਸੇ ਕਮਾਉਣਾ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਕੀਤੀ ਆ ਸੋ ਇਹ ਲੜਾਈ ਕਰਨ ਤੋਂ ਬਾਅਦ ਜੀ 4-5 ਕੁੜੀਆਂ ਨੂੰ ਮੈਸੇਜ ਕਰਨ ਵਾਲਾ ਮਿਸ਼ਨ ਅਜ ਵਿੱਚ ਹੀ ਰਹਿ ਗਿਆ ਤਾਂ ਹੀ ਬੇਲੜ ਕਾਮਯਾਬ ਨਹੀਂ ਹੁੰਦੇ ਹਰੇਕ ਕੰਮ ਨੂੰ ਕੱਲ ਤੇ ਛੱਡਦੇ ਨੇ ਵੀ ਕੱਲ ਨੂੰ ਦੇਖੀ ਜਾਉ ਯਾਰ ਇਸ ਤੋਂ ਬਾਅਦ ਅਸੀਂ ਆਪਦਾ दारू ਦਾ ਝਗਾਰਡ ਕਰਨ ਪਹੁੰਚ ਗਏ ਹਾਤੇ ਤੇ ਹਾਤੇ ਤੇ ਜਾ ਕੇ ਸਾਡੇ ਮੂੰਹ ਤੇ ਬਹੁਤ ਵੱਡੀ ਸਮਾਈਲ ਆ ਗਈ ਕਿਉਂਕਿ ਉੱਥੇ ਸਾਡੇ ਸਭ ਤੋਂ ਪਹਿਲਾਂ ਉਹਦੀ ਖਾਦੀ ਮੱਛੀ ਵਿੱਚੀ ਮੂਲੀ ਵਿੱਚੀ ਗਰੀ ਪਕੌੜਾ ਸਭ ਕੁਝ ਲਪੇਟ ਕੇ ਨਾਲ ਪੀਤਾ ਜੂਸ ਜੂਸ ਨਾਲ दारू ਤੇ ਜਿਹੜਾ ਜੂਸ ਬਚਿਆ ਉਹ ਦੇ ਲਿਆ ਨੇਫੇ ਚ ਤੇ ਬਗਾਨੀ दारू ਪੀ ਕੇ ਪੌਣੀ ਪੌਣੀ ਬੋਤਲ ਅੰਦਰ ਕਰਕੇ ਰਾਇਲ ਸਟੈਗ ਦੀ ਐਤੂ ਬਾਅਦ ਆ ਸੀਗੀ ਸਾਡੀ ਘਰ ਨੂੰ ਜਾਂਦਿਆਂ ਦੀ ਹਾਲਤ ਡਿੱਕ ਡੋਲੇ ਖਾਂਦਾ ਵੇ ਔਖਾ ਸੌਖਾ ਮੋਟਰਸਾਈਕਲ ਪਹੁੰਚ ਗਿਆ ਘਰੇ ਮਿਸ਼ਨ ਮਿਸ਼ਨ ਤਾਂ ਸਾਰੇ ਵਿੱਚ ਹੀ ਰਹਿ ਗਏ ਦੇਖੀ ਨਗੇ ਤੇ ਆ ਸੀਗੀ ਸਾਡੀ ਤੇ ਫੁੱਲ ਬੱਤ ਹੋਣ ਤੋਂ ਬਾਅਦ ਆ ਸੀਗੀ ਸਾਡੀ ਅੱਜ ਦੀ ਸੈਲਫੀ ਜੇ ਕੋਈ ਮੇਰੇ ਨਾਲ ਪੈਂਡਿੰਗ ਰਹਿ ਗਿਆ ਉਹ ਮੈਸੇਜਾਂ ਯਾਦ ਕਰਾ ਦਿਓ ਕੱਲ ਨੂੰ ਪੂਰੇ ਕਰਦੇ ਆਂਗੇ ਸੋ ਪੀਪੀ ਵੀ ਜਿੰਦਾਬਾਦ ਰਤੀ ਸਾਲ ਵਿਹਲਿਆਂ ਦੇ ਨਾਲ